ਨਮਸਕਾਰ ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਚੌਂਵੀਂਆਂ ਖਬਰਾਂ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨਾਂ ਚੋਥੇ ਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਸਤਵੀਂ ਗੇੜ ਦੀ ਗੱਲਬਾਤ ਅੱਜ ਨਵੀਂ ਦਿੱਲੀ ਦੇ ਵਿੱਚ ਹੋਵੇਗੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਟੋਮਰ ਬਨਸ਼ ਤੇ ਸਾਂਝਤ ਮੰਤਰੀ ਪਿਊਸ਼ ਗੋਇਲ ਅਤੇ ਬਨਜ ਰਾਜ ਮੰਤਰੀ ਸੋਮਪ੍ਰਕਾਸ਼ ਕੇਂਦਰ ਸਰਕਾਰ ਦੀ ਤਰਫੋਂ ਮੀਟਿੰਗ ਦੇ ਵਿੱਚ ਭਾਗ ਲੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੌਮੀ ਮੈਟਰੋਲੋਜੀ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਮੈਡੀਕਲ ਸੈਕਟਰ ਦੇ ਮਾਹਿਰਾਂ ਨੇ ਕੇਂਦਰ ਸਰਕਾਰ ਵੱਲੋਂ ਦੋ ਕੋਰੋਨਾ ਵੈਕਸੀਨਾਂ ਨੂੰ ਐਮਰਜੈਂਸੀ ਦੇ ਵਿੱਚ ਵਰਤੋਂ ਦੀ ਮਨਜ਼ੂਰੀ ਦੇ ਫੈਸਲੇ ਦਾ ਸਵਾਗਤ ਕੀਤਾ। ਜੰਮੂ ਕਸ਼ਮੀਰ ਵਿੱਚ ਪਣ ਬਿਜਲੀ ਸਮਰਥਾ ਨੂੰ ਸਾਲ 2024 ਤੱਕ ਦੁੱਗਣਾ ਕਰਨ ਦੇ ਲਈ ਐਨ ਐਚ ਪੀ ਸੀ ਅਤੇ ਸੂਬਾ ਪ੍ਰਸ਼ਾਸਨ ਵਿਚਾਲੇ ਸਮਝਾਤੇ ਕਲੰਬਤ ਪੰਜਾਬਸ ਵਿੱਚ ਉਤਰੀ ਪਾਰਤ ਦੇ ਵਿੱਚ ਕਈ ਥਾਈਂ ਮੀਂਹ ਕਾਰਨ ਠੀਤ ਲਹਿਰ ਮੱਠੀ ਪਈ ਤੇ ਹੁਣ ਖਬਰਾਂ ਵਿਸਥਾਰ ਨਾਲ ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ 7ਵੇਂ ਗੇਟ ਦੀ ਕਲਬਾਤ ਅਜ ਨਵੀਂ ਦਿੱਲੀ ਦੇ ਵਿੱਚ ਹੁਣ ਚੱਲ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਨਸ਼ ਤੇ ਸਨਿਆਤ ਮੰਤਰੀ ਪਿਊਸ਼ ਗੋਇਲ ਅਤੇ ਵਨਚੇ ਰਾਜ ਮੰਤਰੀ ਸੋਮਪ੍ਰਕਾਸ਼ ਇਸ ਮੀਟਿੰਗ ਦੌਰਾਨ ਸਰਕਾਰ ਦੀ ਤਰਫੋਂ ਪਾਗਲਾਂ ਕੀ ਚਦ ਕੀ 40 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਿਰਕਤ ਕਰਨਗੇ। 30 ਦਸੰਬਰ ਨੂੰ ਦੋਹਾਂ ਦਿਨਾਂ ਵਿਚਾਲੇ 6ਵੇਂ ਗੇਟ ਦੀ ਕਲਬਾਤ ਹੋਈ ਸੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਮੀ ਮੁੱਦਿਆਂ ਵਿੱਚੋਂ ਦੋਤੇ ਸਹਿਮਤੀ ਬਰਨ ਦੀ ਗੱਲ ਆਖੀ ਗਈ ਸੀ ਜਦਕਿ ਬਾਕੀ ਰਹਿੰਦੇ ਦੋ ਮੁੱਦਿਆਂ ਤੇ ਅੱਜ ਹੋਣ ਵਾਲੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਕੇਂਦਰ ਸਰਕਾਰ ਵੱਲੋਂ ਬਿਜਲੀ ਅਤੇ ਪਰਾਲੀ ਸਾੜਨ ਤੇ ਜੁਰਮਾਨੇ ਸੰਬੰਧੀ ਬਿੱਲ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤੀ ਬਣਾਈ ਗਈ ਸੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਐਮਐਸਪੀ ਪ੍ਰਕਿਰਿਆ ਨੂੰ ਚਾਲੂ ਰੱਖਣ ਦਾ ਭਰੋਸਾ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਮੰਡੀ ਪ੍ਰਣਾਲੀ ਵੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ ਖੇਤੀਬਾੜੀ ਮੰਤਰੀ ਨੇ ਝੱਠੇਬੰਦੀਆਂ ਨੂੰ ਪ੍ਰੋਸਸ ਦਿੱਤਾ ਹੈ ਕਿ ਸਰਕਾਰ ਹਰੇਕ ਮੁੱਦੇ ਤੇ ਖੁੱਲੇ ਦਿਲ ਦੇ ਨਾਲ ਗੱਲਬਾਤ ਕਰਨ ਦੀ ਇੱਛੁਕ ਹੈ। ਖੇਤੀਬਾੜੀ ਮੰਤਰੀ ਵੱਲੋਂ ਪਿਛਲੀ ਮੀਟਿੰਗ ਤੋਂ ਬਾਅਦ ਕਿਸਾਨ ਝੱਠੇਬੰਦੀਆਂ ਨੂੰ ਆਪਣੇ ਪ੍ਰਸਤਾਵ ਸਰਕਾਰ ਨੂੰ ਪੇਸ਼ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਉਹਨਾਂ ਪ੍ਰਸਤਾਵਾਂ ਸੰਬੰਧੀ ਚਰਚਾ ਤੋਂ ਪਹਿਲਾਂ ਅੰਦਰੂਨੀ ਨੁਕਤੇ ਅਤੇ ਜਾਤ ਪਾਈ ਜਾ ਸਕੇ। ਤੋਮਰ ਨੇ ਪ੍ਰੋਸਸ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਮਾਨਕ ਲੈਬਾਰਟਰੀ ਦਾ ਨੀਂ ਪੱਥਰ ਰੱਖਣਗੇ ਕੇਂਦਰੀ ਮੰਤਰੀ ਡਾਕਟਰ ਹਰਸ਼ਵਦਨ ਵੀ ਇਸ ਮੌਕੇ ਹਾਜ਼ਰ ਰਹਿਣਗੇ ਨੈਸ਼ਨਲ ਐਟੋਮਿਕ ਟਾਈਮਸਕੇਲ 2.8 ਨੈਨੋ ਸੈਕਿੰਡ ਦੀ ਐਕਿਊਰੇਸੀ ਦੇ ਨਾਲ ਇੰਡੀਅਨ ਸਟੈਂਡਰਡ ਟਾਈਮ ਬਣਾਉਂਦਾ ਹੈ ਭਾਰਤੀ ਨਿਰਦੇਸ਼ਕ ਦਰ ਵਿਗਿਆਨ ਅੰਤਰਰਾਸ਼ਟਰੀ ਪੱਧ ਦੇ ਮਾਣਕਾਂ ਦੇ ਬਰਾਬਰ ਮਿਆਰੀ ਪ੍ਰੋਸੈਸ ਦੇ ਲਈ ਲੈਬਾਰਟਰੀਆਂ ਦੇ ਵਿੱਚ ਟੈਸਟਿੰਗ ਆਦ ਵਿੱਚ ਸਹਾਇਤਾ ਕਰਦਾ ਹੈ ਨੈਸ਼ਨਲ ਮੈਟਰੋਲੋਜੀ ਸੰਮੇਲਨ 2021 ਨਵੀਂ ਦਿੱਲੀ ਸਥਿਤ ਵਿਗਿਆਨਕ ਅਤੇ ਉਦਯੋਗਿਕ ਖੋਜ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਆਪਣੀ ਸਥਾਪਨਾ ਦੇ 75ਵੇਂ ਵਰ੍ਹੇ ਚ ਪ੍ਰਵੇਸ਼ ਕਰ ਰਹੀ ਹੈ ਮੈਟਰੋਲੋਜੀ ਸੰਮੇਲਨ ਦਾ ਥੀਮ ਰਾਸ਼ਟਰ ਦਾ ਸਮੂਚਾ ਵਿਕਾਸ ਹੈ ਮੈਡੀਕਲ ਸੈਕਟਰ ਦੇ ਮਾਹਿਰਾਂ ਨੇ ਕੇਂਦਰ ਸਰਕਾਰ ਵੱਲੋਂ ਦੋ ਕਰੋਨਾ ਵੈਕਸੀਨਾਂ ਨੂੰ ਅਮਰਜੈਂਸੀ ਵਿੱਚ ਵਰਤੋਂ ਦੀ ਮਨਜ਼ੂਰੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ। AIMs ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਸਿੰਘ ਗੁਲੇਰੀਆ ਨੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਆਖਿਆ ਕਿ ਹਾਂ ਕਿ ਭਾਰਤੀ ਲੈਬਾਂ ਵੱਲੋਂ ਸਵਦੇਸ਼ੀ ਵੈਕਸੀਨ ਨੂੰ ਵਿਕਸਿਤ ਕਰਨ ਦੇ ਲਈ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੋ ਟੀਕਿਆਂ ਨੂੰ ਵਿਕਸਿਤ ਕਰਨ ਲਈ ਪੂਰੀ ਖੋਜ ਪ੍ਰਕਿਰਿਆ ਦੇਸ਼ ਵਿੱਚ ਮੁਕੰਮਲ ਕੀਤੀ ਗਈ ਹੈ ਜਿਸ ਦੇ ਨਾਲ ਇਹ ਅਸਲੀਅਤ ਵਿੱਚ ਭਾਰਤੀ ਵੈਕਸੀਨ ਹੈ। ਗੁਲੇਰੀਆ ਨੇ ਕਿਹਾ ਕਿ ਇਹ ਦੋਵੇਂ ਟੀਕੇ ਲਾਗਤ ਪੱਖੋਂ ਵਧੀਰੇ ਕਿਫਾਇਤੀ ਨੇ ਅਤੇ ਇਹਨਾਂ ਦਾ ਰੱਖ-ਰਖਾਵ ਵੀ ਵਿਧੇਰੇ ਸੁਖਾਲਾਏ विश्व स्वास्थ्य संगठन ने भी सरकार वलो ਦਿੱਲੀ ਕਈ ਪ੍ਰਵਾਨਗੀ ਦੀ ਸ਼ਲਾਗਾ ਕੀਤੀ ਸੰਗਠਨ ਦੀ ਖੇਤਰੀ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਨੇ ਕਿਹਾ ਕਿ ਟੀਕੇ ਦੱਖਣ ਪੂਰਵੀ ਏਸ਼ੀਆਈ ਖੇਤਰ ਦੇ ਵਿੱਚ ਕੋਵਿਡ ਮਹਾਮਾਰੀ ਖਿਲਾਫ ਲੜਾਈ ਨੂੰ ਵਧੇਰੇ ਮਜ਼ਬੂਤ ਕਰਨ ਦੇ ਵਿੱਚ ਸਹਿਯੋਗੀ ਸਾਬਤ ਹੋਣਗੇ ਇਸ ਤੋਂ ਇਲਾਵਾ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਦੇ ਮਾਹ ਡਾਕਟਰਾਂ ਵੱਲੋਂ ਵੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਪਾਤੀ ਡਰੱਗ ਕੰਟਰੋਲਰ ਜਨਰਲ ਵੱਲੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੀ ਸ਼ੀਲਡ ਅਤੇ ਪਾਰਤ ਬਾਇਓਟੈਕ ਦੇ ਕੋਵੈਕਸਿਨ ਟੀਕੇ ਨੂੰ ਅਮਰਜੈਂਸੀ ਦੇ ਵਿੱਚ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਵੈਕਸੀਨ ਵਿਕਸਿਤ ਕਰਨ ਦੇ ਵਿੱਚ ਰੁੱਝੇ ਮਿਹਨਤੀ ਵਿਗਿਆਨੀਆਂ ਦੀ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਗ੍ਰਹਿ ਮੰਤਰੀ ਨੇ ਨੀਸੀ ਜੀਆਈ ਬਲੂ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਦਿਆ ਵੈਕਸੀਨਾਂ ਨੂੰ ਮਨਜ਼ੂਰੀ ਮਿਲਣ ਨੂੰ ਇਤਿਹਾਸਿਕ ਪਲ ਦੱਸਿਆ ਸ਼ਾਹ ਨੇ ਟਵੀਟ ਕਰਦਿਆ ਕਿਹਾ ਕਿ ਉਦੇਸ਼ ਦੇ ਹੁਨਰਮੰਦ ਅਤੇ ਮਿਹਨਤੀ ਵਿਗਿਆਨੀਆਂ ਨੂੰ ਸਲਾਮ ਕਰਦੇ ਨੇ ਹੁਣਾਂ ਭਾਰਤ ਨੂੰ ਕੋਵਿਡ ਮੁਕਤ ਕਰਨ ਦੇ ਸੰਕਲਪ ਦੀ ਅਗਵਾਈ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਕਈ ਟੀਚੇ ਨੂੰ ਹਾਸਲ ਕੀਤਾ ਹੈ ਉਨ੍ਹਾਂ ਕਿ ਸਵਦੇਸ਼ੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਵੀ ਮਜ਼ਬੂਤੀ ਮਿਲੀ। ਗ੍ਰਹਿ ਮੰਤਰੀ ਨੇ ਵਿਗਿਆਨੀਆਂ ਤੋਂ ਇਲਾਵਾ ਡਾਕਟਰਾਂ, ਮੈਡੀਕਲ ਅਮਲੇ, ਸੁਰੱਖਿਆ ਕਰਮਚਾਰੀਆਂ ਤੇ ਸਾਰੇ ਹੀ ਕੋਰੋਨਾ ਵਾਰੀਅਸ ਦਾ ਮਹਾਮਾਰੀ ਦੇ ਸੰਬੰਧ ਵਿੱਚ ਯੋਗਦਾਨ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਸਦਾ ਯਾਦ ਰੱਖੇਗਾ। ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋ ਸਿੰਘਾ ਨੇ ਕਿਹਾ ਕਿ ਸਾਲ 2024 ਤੱਕ ਜੰਮੂ ਕਸ਼ਮੀਰ ਦੀ ਪਣ ਬਿਜਲੀ ਸਮਰਥਾ ਨੂੰ ਦੁੱਗਣਾ ਕੀਤਾ ਜਾਵੇਗਾ। ਬੀਤੇ ਦਿਨ ਜੰਮੂ ਦੇ ਵਿੱਚ ਉਪਰਾਜਪਾਲ, ਕੇਂਦਰੀ ਊਰਜਾ ਰਾਜ ਮੰਤਰੀ ਆਰ ਕੇ ਸਿੰਘ ਅਤੇ ਕੇਂਦਰੀ ਮੰਤਰੀ ਡਾਕਟਰ ਜੀਤੇਂਦਰ ਸਿੰਘ ਦੀ ਮਜੂਦਗੀ ਦੇ ਵਿੱਚ ਜੰਮੂ ਕਸ਼ਮੀਰ ਅਤੇ NHPC ਦਰਮਿਆਨ ਵੱਖ-ਵੱਖ ਪਣ ਬਿਜਲੀ ਪ੍ਰੋਜੈਕਟਾਂ ਸੰਬੰਧੀ ਸਮਝੌਤੇ ਕਲਮਬੱਧ ਕੀਤੇ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ਉਪਰਾਜਪਾਲ ਨੇ ਕਿਹਾ ਕਿ ਨਾ ਸਮਝੌਤਿਆਂ ਦੇ ਨਾਲ ਜੰਮੂ ਕਸ਼ਮੀਰ ਦੇ ਬਿਜਲੀ ਸੈਕਟਰ ਦੇ ਵਿੱਚ 35000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ। ਅਤੀਨਾ ਪ੍ਰ ਪਟਾਂ ਦੇ ਚਾਲੂ ਹੋਣ ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ 24 ਘੰਟੇ ਬਿਜਲੀ ਦੀ ਸਹੂਲਤ ਮਿਲ ਸਕੇਗੀ ਸਿਨਹਾ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਜੰਮੂ ਕਸ਼ਮੀਰ ਵਿੱਚ 3504 ਮੈਗਾਵਾਟ ਬਿਜਲੀ ਦੀ ਸਮਰੱਥਾ ਬਣਾਈ ਗਈ ਸੀ ਚਤਕੀ ਪਿਛਲੇ 4 ਸਾਲਾਂ ਦੇ ਵਿੱਚ 3498 ਮੈਗਾਵਾਟ ਦਾ ਵਾਦਾ ਕੀਤਾ ਗਿਆ ਹੈ ਕੇਂਦਰੀ ਉर्जा ਰਾਜ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੇ ਨਾਲ ਜੰਮੂ ਕਸ਼ਮੀਰ ਨਵਾਂ ਮੀਲ ਦਾ ਪੱਥਰ ਸਾਬਤ ਕਰੇਗਾ ਅਤੇ ਨਾਲ ਹੀ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ ਉਨ੍ਹਾਂ ਕਿਹਾ ਕਿ ਐਨ ਐਚ ਪੀਸੀ ਦੇ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਹਜ਼ਾਰਾਂ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਲਾਈ ਮੁਹੱਈਆ ਕਰਵਾਈ ਜਾਵੇਗੀ ਜੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਊਰਜਾ ਪੂਰਤੀ ਅਤੇ ਵਿਕਾਸ ਦੇ ਸਾਰੇ ਸੈਕਟਰਾਂ ਦੇ ਵਿੱਚ ਅੱਗੇ ਵੱਲ ਵਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪ੍ਰਤੀ ਵਿਅਕਤੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਭਾਰਤ ਵੱਲੋਂ ਫਿਜੀ ਦੇ ਵਿੱਚ ਚੱਕਰਵਤੀ ਤੂਫਾਨ ਦੇ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਰਾਹਤ ਸਮੱਗਰੀ ਦੀ ਇੱਕ ਖੇਪ ਭੇਜੀ ਗਈ ਹੈ ਵਿਦੇਸ਼ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਮੁੰਦਰੀ ਮਾਰਗ ਰਾਹੀਂ ਇਹ ਖੇਪ 6 ਜਨਵਰੀ ਨੂੰ ਫਿਜੀ ਪਹੁੰਚੇਗੀ ਬੀਤੇ ਦਿਨ ਫਿਜੀ ਦੇ ਵਿੱਚ 5 ਸ਼੍ਰੇਣੀ ਦੇ ਚੱਕਰਵਤੀ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਸੀ ਜਿਸ ਦੌਰਾਨ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਭਾਰਤ ਵੱਲੋਂ ਫਿਜੀ ਦੇ ਲੋਕਾਂ ਦੇ ਲਈ ਰਾਹਤ ਸਮੱਗਰੀ ਦੇ ਨਾਲ ਨਾਲ ਕੋਵਿਡ ਮਹਾਮਾਰੀ ਤੋਂ ਬਚਾਅ ਦੇ ਲਈ ਵਿਸ਼ੇਸ਼ ਕਿੱਟਾਂ ਵੀ ਭੇਜੀਆਂ ਗਈਆਂ ਨੇ ਜਿਸ ਤੋਂ ਇਲਾਵਾ ਕੌਮੀ ਸੰਕਟ ਮੋਚਨ ਬਾਲ ਨੂੰ ਵੀ 에ਰ ਇੰਡੀਆ ਦੀ ਆਉਣਾ ਰਾਹੀ ਫਿਜੀ ਪੇ ਜਾ ਗਿਆ ਹੈ ਭਾਰਤ ਵੱਲੋਂ ਸਮੇਂ ਸਮੇਤੇ ਕੁਦਰਤੀ ਆਫਤਾਂ ਦੌਰਾਨ ਫਿਜੀ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਸਰਕਾਰ ਨੇ ਫਿਜੀ ਨੂੰ ਇੰਡੋ-ਪ੍ਰਸ਼ਾਂਤ ਖੇਤਰ ਦੇ ਵਿੱਚ ਮਹੱਤਵਪੂਰਨ ਪਾਈਵਾਲ ਐਲਾਨਿਆ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਸ ਕੁਦਰਤੀ ਆਫਤ ਦੇ ਨਾਲ ਨਜਿੱਠਣ ਦੇ ਲਈ ਫਿਜੀ ਦੀ ਹਰ ਸੰਭਵ ਸਹਾਇਤਾ ਕਰੇਗਾ ਅਤੇ ਚੱਕਰਵਾਤ ਕਾਰਨ ਹੋਏ ਨੁਕਸਾਨ ਤੋਂ ਫਿਜੀ ਦੇ ਲੋਕਾਂ ਨੂੰ ਮੁੜ ਉਭਾਰਨ ਦੇ ਵਿੱਚ ਲੋੜੀਂਦਾ ਯੋਗਦਾਨ ਦੇਵਿਗਾ ਪੰਜਾਬ ਸਮੇਤ ਉਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਕਾਰਨ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਮੁਤਾਬਿਕ ਬੀਤੇ ਦਿਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਔਸਤਨ 11.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਮਹਿਕਮੇ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ 11.3 ਲੁਧਿਆਣਾ ਵਿੱਚ 11.1 ਅਤੇ ਪਟਿਆਲਾ ਵਿੱਚ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਦੇ ਵਿੱਚ 2.4 ਮਿਲੀਮੀਟਰ ਪਠਾਨਕੋਟ ਵਿੱਚ 2.6 ਆਦਮپور ਵਿੱਚ 5.4 ਅਤੇ ਗੁਰਦਾਸਪੁਰ 0.1 मिलीमीटर ਵਰਖਾ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਦੇ 24 ਘੰਟਿਆਂ ਦੌਰਾਨ ਪੰਜਾਬ ਸਮੇਤ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ ਇਸੇ ਦੌਰਾਨ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਪਾਰੀ ਬਰਫਬਾਰੀ ਹੋਈ ਕਸ਼ਮੀਰ ਦੇ ਜ਼ਿਆਦਾਤ ਰਿ ਇਲਾਕਿਆਂ ਦੇ ਵਿੱਚ ਬਰਫਬਾਰੀ ਦੇ ਨਾਲ ਸੜਕੀ ਅਤੇ ਹਵਾਈ ਆਵਾਜਾਈ ਵਿੱਚ ਰੁਕਾਵਟ ਆਈ ਹੈ ਮੌਸਮ ਹਕਮੇ ਮੁਤਾਬਿਕ ਸ਼੍ਰੀਨਗਰ ਦੇ ਵਿੱਚ 3 ਤੋਂ 4 ਇੰਚ ਬਰਫ਼ ਪਈ ਜਦਕਿ ਕਾਜ਼ੀਗੁੰਡ ਦੇ ਵਿੱਚ 9 ਪਹਿਲਗਾਮ 5 ਕੋਕਰਨਾਗ ਵਿੱਚ 8 ਇੰਚ ਬਰਫ਼ ਦਰਜ ਕੀਤੀ ਗਈ ਸ਼੍ਰੀਨਗਰ ਜੰਮੂ ਮਾਰਗ ਤੇ ਵਿਪਾਰੀ ਪਰਫ ਬਾਰੀ ਰਿਕਾਰਡ ਕੀਤੀ ਗਈ ਹੈ ਬੁਲਟਨ ਦੇ ਅਖੀਰ ਵਿੱਚ ਹੋਰਆਂ ਖਬਰਾਂ ਇੱਕ ਵਾਰ ਫਿਰ ਤੋਂ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਸੱਤਵੇਂ ਗੇਟ ਦੀ ਗੱਲਬਾਤ ਅੱਜ ਨਮ ਦਿੱਲੀ ਵਿੱਚ ਹੋਵੇਗੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ বনਸ਼ ਤੇ ਸੰਯੁਕਤ ਮੰਤਰੀ ਪਿਊਸ਼ ਗੋਇਲ ਅਤੇ বনਜ ਰਾਜ ਮੰਤਰੀ ਸੋਮਪ੍ਰਕਾਸ਼ ਕੇਂਦਰ ਸਰਕਾਰ ਦੀ ਤਰਫੋਂ ਮੀਟਿੰਗ ਵਿੱਚ ਭਾਗ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਲੋਬਲ ਮੈਟਰੋਲੋਜੀ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਮੈਡੀਕਲ ਸੈਕਟਰ ਦੇ ਮਾਹਰਾਂ ਨੇ ਕੇਂਦਰ ਸਰਕਾਰ ਵੱਲੋਂ ਦੋ ਕੋਰੋਨਾ ਵੈਕਸੀਨਾਂ ਨੂੰ ਅਮਰਜੈਂਸੀ ਦੇ ਵਿੱਚ ਵਰਤੋ ਦੀ ਮਨਜ਼ੂਰੀ ਦੇ ਫੈਸਲੇ ਦਾ ਸਵਾਗਤ ਕੀਤਾ। ਜੰਮੂ ਕਸ਼ਮੀਰ ਵਿੱਚ ਪਣ ਬਿਜਲੀ ਸਮਰਥਾ ਨੂੰ ਸਾਲ 2024 ਤੱਕ ਦੁੱਗਣਾ ਕਰਨ ਦੇ ਲਈ NHPC ਅਤੇ ਸੂਬਾ ਪ੍ਰਸ਼ਾਸਨ ਵਿਚਾਲੇ ਸਮਝੌਤੇ ਕਲੰਬੱਤ। ਪੰਜਾਬ ਸਮੇਤ ਉੱਤਰੀ ਪਾਰ ਦੇ ਵਿੱਚ ਕਈ ਥਾਈਂ ਮੀਂਹ ਕਾਰਨ ਠੰਡ ਲਹਿਰ ਮੱਠੀ ਪਈ। ਇਸਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ